ਦੁਸ਼ਯੰਤ ਸੇ ਲੈ ਲਓ ਆਪ। ਇਸ਼ਕ ਨੂੰ ਕਹਿਣ ਲੱਗੇ ਵੀ ਚੌਧਰੀ ਦੇਵੀ ਲਾਲ ਵਾਲੀ ਚਾਹ ਲੈ ਸੀ ਮੈਂ ਤੋਂ ਉਹ ਚਾਣ ਖੁਦ ਵੀ ਥੋੜ੍ਹੇ ਤੋਂ ਚਾਣਾ ਤਾਂ ਕਹਿੰਦਾ ਕੁਛ ਨਹੀਂ ਦੇਖਿਆ ਦੇ ਦਾ ਵਦਬ ਦੇ ਮੈਨੂੰ ਬਹੁਤ ਪ੍ਰਚਾਰ ਕਰਿਆ ਮੈਂ ਬੋਲਿਆ ਮੈਨੇ ਇਨਕੋ ਬਹੁਤ ਨਜ਼ਦੀਕ ਸੇ ਦੇਖਿਆ ਕਿਉਂਕਿ ਮੈਂ ਇਨਕੇ ਸਾਥ 32 ਸਾਲ ਅਟੈਚ ਰਿਹਾ ਹੂੰ। ਅੱਛਾ ਜੀ, ਛੋਟਾ ਪਰਿਵਾਰ ਸੀ ਜੀ ਸਾਹਿਬ। ਜੋ ਮੈਨੇ ਇਨਕਾ ਨਿਊ ਵੀ ਮੇਰੇ ਕਿਤਨੇ ਪੀਛੇ ਕਿਹੜਾ ਖਾਤਾ ਮੈਂ ਜਮਾ ਇਨਗੇ 2009 ਕੇ ਅੰਦਰ ਮੈਂ ਇਹਨੇ ਛੋੜ ਦਿਆ ਇਨਕੋ ਕਿਉਂਕਿ ਕੋਈ ਵੀ ਆਦਮੀ ਕਿਸੇ ਦਾ ਅਪਮਾਨ ਕਰੇ ਅਰੇ ਵੋਟ ਤੂੰ ਵੀ ਦੇਤਾ ਮੈਂ ਵੀ ਦੇਤਾ ਕੱਲੇ ਮੇਰੇ ਵੋਟ ਸੇ ਸਰਕਾਰ ਥੋੜ੍ਹੇ ਬਣੇਗੀ ਤੇਰਾ ਕਿਉਂ ਅਪਮਾਨ ਕੀਆ ਗਿਆ ਤੇਰੇ ਕੋ ਵੀ ਇਤਨਾ ਮਾਨ ਮਿਲਣਾ ਸੀ ਬੋਲਿਆ ਤੰਨੇ ਬਚਿਆ ਮਹਾਂ ਬਚਿਆ ਬੋਲਿਆ ਕਿਹੜਾ ਮਹਾਂ 126 ਤੋਂ ਮੈਂ ਮਾਰੇ ਨੋ ਮਾਰੇ ਕੰਡਾਲਾ ਬਾਈ ਉਨਕਾ ਖੂਨ ਹੈ ਆ ਸਨੇਹ ਲਤਾ ਇਸ ਕੀ ਦਾਦੀ ਇਹ ਕਹਿ ਕੇ ਮਰੀ ਐਸਾ ਬੱਚਾ ਜਾਂ ਤੋ ਕਿਸੀ ਕੇ ਜਨਮੇ ਨਹੀਂ ਆ ਜਨਮੇ ਜੇ ਰਹਿ ਨਹੀਂ ਬਾਬਾ ਸੱਚੀ ਦੀ ਕਮਾਲ ਕੀ ਬਾਤ ਹੈ 125% 125% ਕੰਦਾ ਉਹ ਜਹਾਂ ਉਸਕਾ ਦਾਹ ਸੰਸਕਾਰ ਹੈ ਮਹਾਂ ਮੈਂ ਚਲੂ ਆਤਨੇ ਕਿਉਂਕਿ ਉਹ ਇੱਕ ਬਾਤ ਆਈ ਥੀ ਨਹੀਂ ਨੂੰ ਆਈ ਦੇ ਬਸ ਜੋ ਕਰਨ ਅਰਜੁਨ ਹੈ ਇਹ ਧੱਕਾ ਤੋ ਕੁਆਵਾ ਉਹਨੂੰ ਪੈ ਕੁਛ ਇਸ ਤਰੀਕੇ ਬਾਤ ਨਹੀਂ 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 ਤੋ ਨਹੀਂ ਇਹ ਤੋ ਨਹੀਂ ਕਰਨ ਅਰਜੁਨ ਇਹ ਤੋ ਬੱਚਾ ਬੱਚਾ ਨਾ ਨਾ ਰੋਡ ਬਹਿ ਰਿਹਾ ਨਹੀਂ ਧੱਕਾ ਸੇ ਨਾ ਕੁਆਇਆ ਦਿਗ ਵਿਜੇ ਨੂੰ ਕਹਿਣ ਲੱਗ ਰਿਹਾ ਹੈ ਬਲਿਆ ਕਿ ਦੁਸ਼ਯੰਤ ਕੋਣ ਸਾਈਸ ਨਾਲ ਲੈ ਕੇ ਆਇਆ ਯਾਰ ਬਲਿਆ ਜੇ ਮੰਨ ਲੈ ਨਹੀਂ ਮੰਨਣਗੇ ਨਹੀਂ ਬਲਿਆ ਹਮ ਤਾਂ ਰਗਲ ਲਏ ਹਾਂ ਕਹਿਣ ਲੱਗ ਰਿਹਾ ਤਾਂ ਨਾ ਬਾਈ ਬਲ ਕੇ ਕਰਾ ਥਾ ਇਹ ਬਲ ਕੇ ਮਾਰ ਅਗਲਾ ਹਮ ਜੱਲ ਲਠਵਾ ਦੀ ਕਾਇਦ ਨੂੰ ਟਾਂਗ ਲੈ ਟੂਟ ਲਈ ਜੇ ਬਲ ਕੇ ਕਰਾ ਦਾ ਬਾਈ ਟੰਡ ਤੋਂ ਬਣ ਆਇਓ ਕਿ ਕਿਸਾਨ ਨਾ ਨਾ ਅਰੇ ਅਜੇ ਇਸ ਕਾਜ਼ਾ ਨਹੀਂ ਲੀਜੀ ਡਰ ਲੱਗ ਹੈ ਅਰੇ ਇਸ ਕਾਜ਼ਾ ਨਹੀਂ 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 ਜੋ ਕਿਸਾਨ ਕੋ ਹੈ ਇਨਕੇ ਦਿਮਾਗ ਕੀ ਸੋਚ ਇਹ ਹੈ ਅਗਰ ਕਿਸਾਨ ਡੈਡ ਬੋਡੀ ਹੋਗਾ तो दूसरा कोई आवाज़ उठाने वाला नहीं तुम्हारे खिलाफ। इनकी सोच है सर्वप्रथम किसान को ख़त्म करो, कमज़ोर करो। खाओगे के जहर वो खाएंगे के जो नहीं रहेगा जहर वो खाएंगे। इनकी जो सोच है भाई किसान को ख़त्म करो, इसका एक उदाहरण है बेटा आपको सुना देता हूँ। चौधरी भुवनेश्वर सिंह टक्कर में गया दिग्विजय लोकसभा ਉਹਦਾ ਜਾਣਾ ਸਾ ਨੈਬ ਸੈਣੀ ਇਲੈਕਸ਼ਨ ਲੜ ਰਿਹਾ ਸਾ ਪਿਛੇਤਰ ਫਿਰ ਤੋਂ ਮਰਜ਼ ਮੰਨਾਂਗੇ ਤੇਰੇ ਕਹਿੰਦਾ ਤੂੰ ਕੁਈਆਂ ਖਿੱਚਦਾ ਕਰਦੀ ਤੂੰ ਕੋਈ ਕਹਿ ਮੈਨੇ ਉਹਦਾ ਕਿਉਂ ਗਿਆ ਉਹਦਾ ਕਿਉਂ ਨਹੀਂ ਗਿਆ। ਇਸਕਾ ਪ੍ਰਤਿਅਕਸ ਕੋ ਪ੍ਰਮਾਣ ਕੀ ਜ਼ਰੂਰਤ ਨਹੀਂ ਹੈ, ਇਹ ਕਿਸਾਨ ਕੋ ਬਿਲਕੁਲ ਖਤਮ ਕਰਨਾ ਚਾਹਤੇ ਹੈ। ਔਰ ਸਰੂ ਸੇ ਅਭੀ ਨਹੀਂ ਜੋ 32 ਸਾਲ ਕਾ ਅਰਸਾ ਮੇਰਾ ਇਨਕੇ ਸਾਥ ਬੀਜੇ ਵਹਾਂ ਵੀ ਕੋਈ ਬਾਤ ਨਹੀਂ ਆਤੀ ਜੀ, ਲੇਕਿਨ ਮੈਂ ਮਜਬੂਰ ਥਾ, ਪਲੀਜ਼ ਮਾਫੀ ਚਾਹੂੰਗਾ ਇਸਕੇ ਬਾਰੇ ਮੈਂ ਨਹੀਂ ਕਹਿ ਸਕੂੰਗਾ ਸਾਰੀ ਬਾਤ। ਇਨਕਾ ਐਸੀ ਮਨਸਾ ਨਹੀਂ ਹੈ, इनको इनकी मंशा किसान को ख़त्म करने की तो यह बस नहीं बेटा। अगर ये सरकार बस नहीं है नहीं तो फिर कोई साफ है ही नहीं। सबसे भ्रष्ट ये है, मैंने एक पिक्चर देखी जी माफ़ कीजिए मेरे जान नहीं, उसने कहा गुरु जी बोला पाँव की जूती पाँव में रहती है, तो पता सनी देओल ने क्या कहा बोला जब जूती बगावत करती है सिर पर भी जाती है। अब ये बगावत है बेटा, सिर पर जाने का टाइम है, कमाल की बात है। ऊपर जैली भाई ये सारे दुखी खड़े हैं सारे का।